ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਮੇਰੇ YouTube ਚੈਨਲ ਦੇ ਉੱਪਰ ਸੋ ਅੱਜ ਜੋ ਐਗਜ਼ਾਮ ਹੋਇਆ ਹੈ ਮਾਸਟਰ ਕੇਡਰ ਐਸਐਸਟੀ ਦਾ 21 8 2022 ਨੂੰ ਉਸ ਐਗਜ਼ਾਮ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਜਿਹੜੇ ਮੈਂ ਸਟੂਡੈਂਟਾਂ ਨੇ ਜਿਨ੍ਹਾਂ ਨੇ ਐਗਜ਼ਾਮ ਦਿੱਤਾ ਹੈ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਕਿ ਪੇਪਰ ਅੱਗੇ ਨਾਲੋਂ ਟਫ ਆਇਆ ਹੈ ਸੋ ਜੋ ਲਾਸਟ ਈਅਰ ਐਗਜ਼ਾਮ ਆਇਆ ਸੀ ਹੋਇਆ ਸੀਗਾ ਮਾਸਟਰ ਕੇਡਰ ਦਾ ਉਹ ਪੇਪਰ ਈਜ਼ੀ ਸੀਗਾ ਤਾਂ ਕਰਫ ਉਹਦੀ ਮੈਟ ਵੀ ਕਾਫੀ ਹਾਈ ਲੈਵਲ ਦੀ ਗਈ ਸੀਗੀ ਸੋ ਇਹ ਇਗਜ਼ਾਮ ਜੋ ਉਸ ਤੋਂ ਡਿਫਰੈਂਟ ਆਇਆ ਹੈ ਥੋੜਾ ਟਾਫ ਆਇਆ ਹੈ ਇਹ ਇਗਜ਼ਾਮ ਕਿਉਂਕਿ ਬੋਰਡ ਵਾਲਿਆਂ ਨੂੰ ਵੀ ਜੋ ਇਗਜ਼ਾਮ ਲੈਣ ਵਾਲਾ ਬੋਰਡ ਹੈ ਉਹਨਾਂ ਨੂੰ ਵੀ ਪਤਾ ਕਿਉਂ ਲਾਸਟ ਈਅਰ ਜੋ ਮੈਟ ਕਾਫੀ ਹਾਈ ਗਈ ਸੀ ਇਸ ਕਰਕੇ ਉਹਨਾਂ ਨੇ ਥੋੜਾ ਪੇਪਰ ਮੋਡਰੇਟ ਲੈਵਲ ਲੈਵਲ ਕਹਿ ਸਕਦੇ ਆ ਜਾਂ ਆਪਾਂ ਟਾਫ ਕਹਿ ਸਕਦਾ ਕਰ ਸਕਦੇ ਆ ਕਿ ਇਹਨਾਂ ਨੇ ਪੇਪਰ ਥੋੜਾ ਟਾਫ ਆਇਆ ਹੈ ਸੋ ਕੋਈ ਵੀ ਐਗਜ਼ਾਮ ਹੈ ਜੇਕਰ ਸੌਖਾ ਹੁੰਦਾ ਹੈ ਤਾਂ ਉਹ ਸਾਰੇ ਸਟੂਡੈਂਟਾਂ ਲਈ ਸੌਖਾ ਹੁੰਦਾ ਹੈ ਜੇਕਰ ਐਗਜ਼ਾਮ ਔਖਾ ਹੁੰਦਾ ਹੈ ਜਾਂ ਟਫ ਹੁੰਦਾ ਹੈ ਉਹ ਸਾਰਿਆਂ ਲਈ ਹੀ ਔਖਾ ਹੁੰਦਾ ਹੈ ਐਗਜ਼ਾਮ ਸੋ ਆਪਾਂ ਇਸ ਗੱਲ ਦੀ ਕੋਈ ਟੈਨਸ਼ਨ ਨਹੀਂ ਲੈਣੀ ਕਿ ਪੇਪਰ ਸੌਖਾ ਆਇਆ ਹੈ ਜਾਂ ਔਖਾ ਆਇਆ ਹੈ ਕਿਉਂਕਿ ਜੇ ਪੇਪਰ ਔਖਾ ਆਇਆ ਤਾਂ ਸਾਰਿਆਂ ਲਈ ਔਖਾ ਆਇਆ ਹੈ ਤਾਂ ਮੈਟ ਵੀ ਇਹਦੀ ਕੱਟ ਜਾਵੇਗੀ ਜੇਕਰ ਸੌਖਾ ਹੁੰਦਾ ਹੈ ਤਾਂ ਤਾਂ ਸਾਰਿਆਂ ਲਈ ਹੀ ਸੌਖਾ ਹੁੰਦਾ ਤਾਂ ਕਰਕੇ ਉਹਦੀ ਮੈਟ ਵੀ ਹਾਈ ਜਾਂਦੀ ਹੈ ਸੋ ਜਿਨ੍ਹਾਂ ਵੀ ਬੱਚਿਆਂ ਨੇ ਇਗਜ਼ਾਮ ਦਿੱਤਾ ਹੈ ਸੋ ਜਿਨ੍ਹਾਂ ਦੇ ਵੀ ਨੰਬਰ ਬਣ ਰਹੇ ਨੇ 90 ਬਣ ਰਹੇ ਨੇ 100 ਬਣ ਰਹੇ ਨੇ 110 ਬਣ ਤੱਕ ਬਣ ਰਹੇ ਨੇ ਸੋ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਮੈਟ ਜੋ ਹੈ ਇੰਨੀ ਹਾਈ ਲੈਵਲ ਦੀ ਨਹੀਂ ਜਾਵੇਗੀ ਜੋ ਲਾਸਟ ਈਅਰ ਗਈ ਸੀ ਸੋ ਜਿਨ੍ਹਾਂ ਨੇ 100 ਪਲੱਸ ਤੋਂ ਵਧੀਆ ਟੈਂਪ 100 ਪਲੱਸ ਅਟੈਂਟ ਕੀਤੀ ਨੇ ਜਾਂ ਜਿਨ੍ਹਾਂ ਦੇ ਆ ਕੇ ਚੈੱਕ ਕੀਤਾ 100 ਪਲੱਸ ਸਹੀ ਹੋ ਰਹੇ ਨੇ ਸੋ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਸੇ ਵੀ ਕੈਟਾਗਰੀ ਦੇ ਹੋਣ ਤਾਂ ਉਹਨਾਂ ਦੇ ਚਾਂਸ ਬੰਦੇ ਨੇ ਸੋ ਮੈਂ ਦਾਹੀ ਕਹਿਣਾ ਹੈ ਕਿ ਜੇਕਰ ਕੋਈ ਵੀ ਪੇਪਰ ਟਫ ਹੁੰਦਾ ਹੈ ਤਾਂ ਸਾਰਿਆਂ ਲਈ ਟਫ ਹੁੰਦਾ ਹੈ ਸੋ ਸਾਰੇ ਆਪਦੇ ਹੌਂਸਲੇ ਦੇ ਵਿੱਚ ਰਹੋ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਲੈਣੀ ਕਿ ਮੇਰਾ ਪੇਪਰ ਵਧੀਆ ਨਹੀਂ ਹੋਇਆ ਜਾਂ ਮੇਰੇ ਇੰਨੇ ਨੰਬਰ ਬਣ ਰਹੇ ਨਹੀਂ ਸੋ ਅਨਸਰ ਸ਼ੀਟ ਦੀ ਵੇਟ ਕਰੋ ਸੋ ਜਦੋਂ ਅਨਸਰ ਸ਼ੀਟ ਆ ਜਾਈਗੀ ਤਾਂ ਆਪਦੇ ਚੈੱਕ ਕਰ ਸਕਦੇ ਹੋ ਕਿੰਨੇ ਮਾਰਕਸ ਬਣ ਰਹੇ ਨੇ ਉਸ ਤੋਂ ਬਾਅਦ ਹੀ ਜੋ ਇਸ ਦੀ ਜੋ ਆਪਾਂ ਬਣਾ ਅਨਸਰ ਸ਼ੀਟ ਤੋਂ ਬਾਅਦ ਹੀ ਆਪਾਂ ਇਸ ਦੀ ਜੋ ਕੱਟ ਕੱਟ ਆਫ ਦੇਖ ਸਕਦੇ ਨੇ ਸੋ ਪਹਿਲਾਂ ਇੰਨੇ ਆਪਾਂ ਤੁੱਕੇ ਲਾਉਣ ਦੀ ਜ਼ਰੂਰ ਨਹੀਂ ਜ਼ਰੂਰਤ ਨਹੀਂ ਹੈ ਵੀ ਇੰਨੀ ਕੱਟ ਆਫ ਜਾਵੇਗੀ ਇੰਨੀ ਕੱਟ ਆਫ ਜਾਵੇਗੀ ਸੋ ਜਿੰਨਾ ਚਿਰ ਇਸ ਦੀ ਅਨਸਰ ਕੀ ਨਿਯਮ ਦੀ ਸਾਰੇ ਆਪਣੇ ਸਹੀ ਨੰਬਰ ਨਹੀਂ ਦੱਸਦੇ ਉਸ ਤੋਂ ਪਹਿਲਾਂ ਕੱਟ ਆਫ ਦੇ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਕਿ ਕਿੰਨੀ ਜਾਵੇਗੀ ਸੋ ਇਹ ਕਹਿ ਸਕਦੇ ਹਾਂ ਕਿ ਜੇ ਪੀਪਰ ਔਖਾ ਆਇਆ ਹੈ ਤਾਂ ਸਾਰਿਆਂ ਲਈ ਹੀ ਔਖਾ ਆਇਆ ਹੈ ਜੇ ਮੈਟ ਜਾਊਗੀ ਤਾਂ 100 ਜਾਂ 120 ਦੇ ਪਲੱਸ ਦੇ ਵਿੱਚ ਹੀ ਜਾਵੇਗੀ ਸੋ ਆਪਾਂ ਕਿਨਾਰੇ ਅਨਸਰ ਸ਼ੀਟ ਨਹੀਂ ਆਉਂਦੀ ਆਪਾਂ ਕੁਝ ਵੀ ਕਹਿ ਨਹੀਂ ਸਕਦੇ ਜੇਕਰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਧੰਨਵਾਦ ਥੈਂਕ ਯੂ